ਹੜਤਾਲ ਦੌਰਾਨ ਜਿੱਥੇ ਸਿਹਤ ਵਿਭਾਗ ਦੇ ਕਾਮੇ ਆਪਣੀ ਜ਼ਿੰਦਗੀ ਨੂੰ ਦਾਅ ਤੇ ਲਾ ਕੇ ਕੋਰੋਨਾ ਪੀੜਤਾਂ ਦਾ ਧਿਆਨ ਰੱਖ ਰਹੇ ਨੇ ਤਾਂ ਉੱਥੇ ਹੀ ਸਰਕਾਰ ਵੱਲੋਂ ਇਹਨਾਂ ਸਿਹਤ ਵਿਭਾਗ ਦੇ ਕਾਮਿਆਂ ਨੂੰ ਅਣਗੋਲਿਆ ਕੀਤਾ ਜਾ ਰਿਹਾ ਹੈ। ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ ਜਿੱਥੇ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ। ਦਰਅਸਲ ਕੋਰੋਨਾ ਮਹਾਮਾਰੀ ਫੈਲਣ ਦੌਰਾਨ ਮੈਡੀਕਲ ਸਟਾਫ ਦੀ ਘਾਟ ਨੂੰ ਪੂਰਾ ਕਰਨ ਦੇ ਲਈ ਜਲੰਧਰ ਵਿੱਚ ਵਲੰਟੀਅਰ ਮੈਡੀਕਲ ਸਟਾਫ ਦੀ ਭਰਤੀ ਕੀਤੀ ਗਈ ਸੀ ਜੋ ਕਿ ਸਿਵਲ ਹਸਪਤਾਲਾਂ ਅਤੇ ਬਾਕੀ ਕੋਰੋਨਾ ਸੈਂਟਰਾਂ ਵਿੱਚ ਕੰਮ ਕਰ ਰਹੇ ਨੇ। ਪਰ ਤਰਾਸਦੀ ਇਹ ਹੈ ਕਿ ਇਹਨਾਂ ਨੂੰ ਮਈ ਮਹੀਨੇ ਤੋਂ ਤਨਖਾਹਾਂ ਨਹੀਂ ਦਿੱਤੀਆਂ ਗਈਆਂ ਜਿਸ ਦੇ ਲਈ ਇਹਨਾਂ ਨੂੰ ਸੜਕਾਂ ਤੇ ਆਉਣਾ ਪਿਆ। ਪ੍ਰਦਰਸ਼ਨ ਕਰ ਰਹੇ ਇਹਨਾਂ ਕਰਮਚਾਰੀਆਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਅਤੇ ਸੁਪਰੀਮ ਕੋਰਟ ਨੇ ਵੀ ਰਾਜਾਂ ਨੂੰ ਕੋਰੋਨਾ ਵਾਰੀਅਰਸ ਨੂੰ ਸਮੇਂ ਸਿਰ ਤਨਖਾਹਾਂ ਦੇਣ ਦੇ ਨਿਰਦੇਸ਼ ਦਿੱਤੇ ਸੀ ਜਿਨ੍ਹਾਂ ਦੀ ਪੰਜਾਬ ਸਰਕਾਰ ਉਲੰਘਣਾ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਹੁਣ ਘਰ ਦਾ ਗੁਜ਼ਾਰਾ ਕਰਨਾ ਔਖਾ ਹੋ ਗਿਆ ਹੈ। ਸਰ, ਅਸੀਂ ਸਾਰਾ ਮੈਡੀਕਲ ਸਟਾਫ, ਡਾਕਟਰ, ਸਟਾਫ ਨਰਸਿਸ ਔਰ ਵਾਰਡ ਅਟੈਂਡੈਂਟਸ ਪਿਛਲੇ 5 ਮਹੀਨੇ ਤੋਂ ਕੋਰੋਨਾ ਵਾਰੀਅਰਸ ਵਲੰਟੀਅਰਸ ਅਸੀਂ ਸੇਵਾ ਕਰ ਰਹੇ ਹਾਂ ਕੋਰੋਨਾ ਦੇ ਮਰੀਜ਼ਾਂ ਦੀ। ਪਰ ਸਰਕਾਰਾਂ ਦੀ ਜਿਹੜੀ ਇਹ ਗੰਦਾ ਸਿਸਟਮ, ਸ਼ਰਮਨਾਕ ਜਿਹੜੀ ਆ, ਸਾਨੂੰ ਜਿਹੜੀਆਂ ਪਿਛਲੇ 5 ਮਹੀਨਿਆਂ ਤੋਂ 1 ਰੁਪਈਆ ਵੀ ਜਿਹੜੀ ਸਾਡੇ ਖਾਤਿਆਂ 'ਚ ਨਹੀਂ ਪਾਇਆ ਗਿਆ, ਸਾਨੂੰ ਤਨਖਾਹਾਂ ਨਹੀਂ ਦਿੱਤੀਆਂ ਗਈਆਂ। ਔਰ ਕੱਲ੍ਹ ਅਸੀਂ ਜਦੋਂ ਡੀਸੀ ਸਾਹਿਬ ਦੇ ਕੋਲ ਗਏ ਉਹਨਾਂ ਨੇ ਸਾਨੂੰ ਇਹ ਕਿਹਾ ਕਿ ਸਾਡੇ ਕੋਲ ਬਜਟ ਹੈ ਨਹੀਂ ਗਾ। ਸਰ, ਤੁਸੀਂ ਦੱਸੋ, 1 ਨਹੀਂ, 2 ਨਹੀਂ, 3 ਨਹੀਂ, 4 ਨਹੀਂ, ਪਿਛਲੇ 5 ਮਹੀਨੇ ਤੋਂ ਅਸੀਂ ਲਗਾਤਾਰ ਸੇਵਾ ਨਿਭਾ ਰਹੇ ਹਾਂ। ਪੱਲੇ ਉਹ ਅਸੀਂ ਆਪਣੇ ਕਿਰਾਏ ਖਰਚ ਰਹੇ ਹਾਂ, ਪੱਲੇ ਉਹ ਰੋਟੀ ਪਾਣੀ ਦਾ ਖਰਚਾ ਕਰ ਰਹੇ ਹਾਂ। ਔਰ ਸਰਕਾਰਾਂ ਜਿਹੜੀਆਂ ਆ ਸਾਨੂੰ ਇਹ ਨਸੀਹਤ ਦੇ ਰਹੀਆਂ ਆ ਕਿ ਸਾਨੂੰ ਅੱਜ ਰੋਡ ਦੇ ਉੱਤੇ ਆਉਣਾ ਪੈ ਗਿਆ। ਇਸ ਦੇ ਨਾਲ ਹੀ ਪ੍ਰਦਰਸ਼ਨਕਾਰੀਆਂ ਨੇ ਸਰਕਾਰ ਨੂੰ ਚੁਣੌਤੀ ਦਿੱਤੀ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਉਹ ਆਉਣ ਵਾਲੇ ਸਮੇਂ ਵਿੱਚ ਸੂਬੇ ਭਰ ਵਿੱਚ ਸਰਕਾਰ ਵਿਰੁੱਧ ਤਿੱਖਾ ਸੰਘਰਸ਼ ਕਰਨਗੇ। ਤੇ ਅਗਰ ਤੁਹਾਡੀ ਗੱਲ ਹੁਣ ਵੀ ਨਾ ਮੰਨੀ ਗਈ ਤਾਂ ਤੁਹਾਡਾ ਅਗਲਾ ਸਟੈਪ ਕੀ ਹੋਏਗਾ? ਸਰ, ਸਾਡਾ ਅਗਲਾ ਸਟੈਪ ਜਿਹੜਾ ਆ, ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਵਲੰਟੀਅਰ ਦੀ ਭਰਤੀ ਕੀਤੀ ਗਈ ਆ। ਔਰ ਜੇ ਇਹਨਾਂ ਨੇ ਸਾਡੀ ਮੰਗ ਨਾ ਮੰਨੀ, ਸਾਡਾ ਜਿਹੜਾ ਅਗਲਾ ਸਟੈਪ ਹੋਏਗਾ, ਅਸੀਂ ਵੱਡੇ ਪੱਧਰ ਦੇ ਉੱਤੇ ਜਿਹੜਾ ਆ ਉਹ ਸੰਘਰਸ਼ ਕਰਾਂਗੇ। ਇਹ ਸਾਡੇ ਵੱਲੋਂ ਸਰਕਾਰ ਨੂੰ ਇੱਕ ਚੇਤਾਵਨੀ ਆ ਕਿ ਅਸੀਂ ਜਿਹੜਾ ਆ ਸਾਡੇ ਸਵਰਾਂ ਦਾ ਬੰਨ ਟੁੱਟ ਗਿਆ ਆ, ਜਲਦ ਤੋਂ ਜਲਦ ਸਾਡੀ ਜਿਹੜੀ ਮੰਗ ਆ ਉਹ ਪੂਰੀ ਕੀਤੀ ਜਾਵੇ, ਨਹੀਂ ਤਾਂ ਫਿਰ ਅਸੀਂ ਪੂਰੇ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਜਿਹੜਾ ਆ ਧਰਨਾ ਪ੍ਰਦਰਸ਼ਨ ਔਰ ਸੰਘਰਸ਼ ਕਰਾਂਗੇ। ਕੋਰੋਨਾ ਮਹਾਮਾਰੀ ਦੌਰਾਨ ਸਿਹਤ ਵਿਭਾਗ ਦੇ ਇਹਨਾਂ ਕਰਮਚਾਰੀਆਂ ਨੂੰ ਦੋਰੀ ਮਾਰ ਚੱਲਣੀ ਪੈ ਰਹੀ ਹੈ। ਇੱਕ ਪਾਸੇ ਜਿੱਥੇ ਪਿੰਡਾਂ 'ਚ ਟੈਸਟ ਕਰਨ ਗਈਆਂ ਟੀਮਾਂ ਨੂੰ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ, ਤਾਂ ਦੂਜੇ ਪਾਸੇ ਸਰਕਾਰਾਂ ਵੀ ਇਹਨਾਂ ਨੂੰ ਅੱਖੋਂ ਪਰੋਖੇ ਕਰ ਰਹੀਆਂ ਨੇ। ਫਿਲਹਾਲ ਹੁਣ ਵੇਖਣਾ ਇਹ ਹੋਵੇਗਾ ਕਿ ਇਹਨਾਂ ਦੀਆਂ ਮੰਗਾਂ ਮੰਨੀਆਂ ਜਾਂਦੀਆਂ ਨੇ ਜਾਂ ਨਹੀਂ। ਜਲੰਧਰ ਤੋਂ ਪਰਮਜੀਤ ਰੰਗਪੁਰੀ ਦੀ ਰਿਪੋਰਟ, ਵਰਲਡ ਪੰਜਾਬੀ ਟੀਵੀ।